ਪੰਜਾਬ ਨਿਊਜ਼ ਦਾ ਲਾਈਵ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਿਆਂ ਜੀ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਪੰਜਾਬ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚਿਆ ਜਾਣੂ ਕਦੋਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ ਤਾਂ ਦੋਸਤੋ 8 ਅਗਸਤ ਦੇ ਪਹਿਲੇ ਦਿਨ ਹੋਈ ਚੰਗੀ ਬਾਰਿਸ਼ ਤੋਂ ਬਾਅਦ ਪੰਜਾਬ ਦੇ ਵਿੱਚ ਮੌਨਸੂਨ ਦੇ ਰਫਤਾਰ ਫਿਰ ਮੱਠੀ ਪੈ ਗਿਆ ਇੱਕ ਦਿਨ ਦੇ ਵਿੱਚ ਆਸਤ ਤਾਪਮਾਨ ਦੇ ਵਿੱਚ ਲਗਭਗ 5 ਡਿਗਰੀ ਦਾ ਵਾਧਾ ਹੋਇਆ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਸਵੇਰ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਪਰ ਜਲਦ ਹੀ ਮੌੜਾ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ 7 ਅਗਸਤ ਨੂੰ ਪੰਜਾਬ ਭਰ ਦੇ ਵਿੱਚ ਪਾਰੀਮੀ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਕੇਂਦਰ ਆਈਐਮਡੀ ਦੇ ਮੁਤਾਬਕ ਅਗਲੇ 4 ਦਿਨਾਂ ਦੇ ਲਈ ਮੌਸਮ ਦੇ ਬਾਰੇ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਅੱਜ ਪਠਾਨਕੋਟਾ ਗੁਰਦਾਸਪੁਰ ਅਮਰਤਸਰ ਹਿਸ਼ਾਰਪੁਰ ਨਮਾਸ਼ਰਤ ਰੂਪਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਉੱਤੇ ਹੱਦ ਦੇ ਨਾਲ ਹੀ 4 ਅਗਸਤ ਨੂੰ ਗੁਰਦਾਸਪੁਰ ਪਠਾਨਕੋਟਾ ਤੇ ਹਿਸ਼ਾਰਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਆਈਐਮਡੀ ਦੇ ਅਨੁਸਾਰ 7 ਅਗਸਤ ਨੂੰ ਮੀਂਹ ਪੈਣ ਦੀ ਮજબੂਤ ਆ ਸੰਭਾਵਨਾ ਹੈ ਅਨੁਮਾਨ ਹੈ ਕਿ 1 ਜੁਲਾਈ ਦੀ ਤਰ੍ਹਾਂ ਇਸ ਦਿਨ ਵੀ ਚੰਗੀ ਬਾਰਿਸ਼ ਹੋਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਜਾਲੀ ਸਰਟੀਫਿਕੇਟਾ ਦੇ ਕੇ ਬਣ ਕੇ ਸਰਕਾਰੀ ਮਾਸਟਰ 15 ਸਾਲਾਂ ਬਾਅਦ ਦਾ 27 ਜਾਣੇ ਚੜ੍ਹੇ ਅੜਕੇ 12 ਬੀਬੀਆਂ ਵੀ ਨਕਲੀਆਂ ਫਰਜੀ। ਜਾਲੀ ਸਰਟੀਫਿਕੇਟਾ ਦੇ ਕੇ ਸਰਕਾਰੀ ਅਧਿਆਪਕਾ ਬਣਨ ਵਾਲੇ 27 ਵਿਅਕਤੀਆਂ ਦੇ ਖਿਲਾਫ 15 ਸਾਲਾਂ ਬਾਅਦ ਦਾ ਕੇਸ ਦਰਜ ਕੀਤਾ ਗਿਆ ਹੈ। ਇਨarre ਵਿੱਚ 12 ਔਰਤਾਂ ਅਤੇ 15 ਪੁਰਸ਼ਾਂ ਤੇ ਕਈਆਂ ਨੇ ਜਾਲੀ ਤਿਆਰਬਾ ਸਰਟੀਫਿਕੇਟ ਦੇ ਕੇ ਨੌਕਰੀ ਹਾਸਲ ਕੀਤੀ ਤੇ ਕਈਆਂ ਨੇ ਪਿੰਡੂ ਖੇਤਰ ਦਾ ਗਲਤ ਸਰਟੀਫਿਕੇਟ ਦੇ ਕੇ ਨੌਕਰੀ ਹਾਸਲ ਕੀਤੀ ਹਾਈ ਕੋਰਟ ਦੀਆਂ ਹਦਾਇਤਾਂ ਤੇ ਵਿਜੀਲੈਂਸ ਨੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਜਾਂਚ ਕੀਤੀ ਧੋਖਾਧੜੀ ਕਰਨ ਵਾਲੇ ਸਭ ਤੋਂ ਵੱਧ 17 ਅਧਿਆਪਕਾਂ ਮੋਗਾ ਜ਼ਿਲ੍ਹੇ ਦੇ ਅੰਤੇ 17 ਜੁਲਾਈ 2023 ਨੂੰ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ ਤਿੰਨ ਮੈਂਬਰੀ ਐਸਐਸਟੀ ਗਾਠਾ ਤਾਂ ਕਾਨਾ ਤੇ ਜਾਲੀ ਸਰਟੀਫਿਕੇਟ ਆ ਦੇ ਕੇ ਸਰਕਾਰੀ ਅਧਿਆਪਕਾਂ ਬਾਣਨ ਵਾਲੇ ਸਥਾਈ ਵਿਅਕਤੀਆਂ ਦੇ ਵਿਰੁੱਧ 15 ਸਾਲਾਂ ਬਾਅਦ ਕੇਸਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ ਸਿੱਖਿਆ ਵਿਭਾਗ ਦੇ ਵੱਲੋਂ ਰਾਜ ਦੇ 20 ਜ਼ਿਲ੍ਹਿਆਂ ਵਿੱਚ 9998 ਟੀਚਿੰਗ ਫੈਲੋ ਜਦ ਦਿਨ ਅਗਤ ਦਿਲੇ 5 ਸਤੰਬਰ 2007 ਨੂੰ ਭਾਰਤੇ ਪ੍ਰਕਿਰਿਆ ਸ਼ੁਰੂ ਕੀਤੀ ਗਈ ਇਸ ਭਾਰਤੇ ਪ੍ਰਕਿਰਿਆ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਚੇਅਰਮੈਨਸ਼ਿਪ ਦਿੱਤੀ ਗਈ ਟੀਚਿੰਗ ਆ ਫੈਲੋ ਦੇ ਨਿਯੁਗ ਤੇ ਸਿੱਖਿਆ ਅਧਿਕਾਰੀ ਦੇ ਵੱਲੋਂ ਕੀਤੀ ਜਾਣੀ ਸੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾ ਵਾਲੇ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਮਹਾਲੀ ਦੇ ਵਿੱਚ ਪੜ ਗਏ ਦੋ ਨਾਈਜੀਰੀਆਨ ਸੜਕ 'ਤੇ ਚਾਲੇ ਹੀ ਚਾੜਤਾ ਕਟਾਪਾ ਵੀਡੀਓ ਵਾਇਰਲ ਤਾਂ ਦੋਸਤੋ ਜਦੋਂ ਕੋਈ ਵੀ ਸੜਕ ਤੇ ਗੱਡੀ ਚਲਾਉਂਦਾ ਤਾਂ ਅਸਲਿ ਕੁਝ ਨਿਯਮਾਂ ਤੇ ਨਿਯਮਾਂ ਦੇ ਪਾਲਣਾ ਕਰਨੀ ਜ਼ਰੂਰੀ ਹੈ ਨਹੀਂ ਤਾਂ ਉਸ ਨੂੰ ਆਰਥਿਕ ਨੁਕਸਾਨ ਚੱਲਣਾ ਪੈਂਦਾ ਤੇ ਇਹ ਨਿਯਮ ਮੋਟਰਾਂ ਬੀਕਲ ਐਕਟ ਤਹਿਤ ਬਣਾਏ ਗਏ ਹਨ ਤੇ ਇਹਨਾਂ ਦੇ ਪਾਲਣਾ ਨਾ ਕਰਨ ਤੇ ਚਲਾਣ ਦੇ ਨਾਲ ਨਾਲ ਸਜ਼ਾ ਦਾ ਵੀ ਪ੍ਰਬੰਧ ਹੈ ਤੇ ਅਸਲਿ ਹੱਦ ਦੇ ਨਾਲ ਕੁਝ ਨਿਜੰਬੀ ਹਨ ਪਰ ਜੇਕਰ ਤੁਸੀਂ ਨਿਯਮਾਂ ਦੇ ਪਾਲਣਾ ਕਰਦੇ ਹੋ ਤਾਂ ਬਿਹਤਰ ਹੈ ਕਦੇ ਕਦੇ ਰੂਲ ਆ ਟੁੱਟ ਜਾਂਦੇ ਹਨ ਤੇ ਸੜਕੀ ਹਾਦਸੇ ਹੋ ਜਾਂਦੇ ਹਨ ਤੇ ਇਸ ਲਈ ਕਾਦੇ ਸੜਕ ਤੇ ਬੇਲੋੜੀ ਲੜਾਈ ਨਹੀਂ ਕਰਨੀ ਚਾਹੀਦੀ ਪੰਜਾਬ ਦੇ ਵਿੱਚ ਆਫਰੀਕੀ ਮੂਲ ਦੇ ਦੋ ਨੌਜਵਾਨਾਂ ਦੇ ਟਰੱਕ ਡਰਾਈਵਰ ਦੇ ਨਾਲ ਟਕਰੋਗੇ ਤੇ ਉਹਨਾਂ ਦੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜੋ ਹੋਇਆ ਉਹਦੇ ਵੀਡੀਓ ਸੋਸ਼ਲ ਮੀਡੀਆ ਤੇ ਬਾਹਰਲਾ ਹੋ ਰਿਹਾ ਪੰਜਾਬ ਦੇ ਵਿੱਚ ਦੋ ਨਾਈਜੀਰੀਆਨਾਂ ਦੇ ਟਰੱਕ ਡਰਾਈਵਰ ਦੇ ਨਾਲ ਝੜਪਾ ਵਾਇਰਲ ਹੋ ਰਿਹਾ ਸੋ ਵੀਡੀਓ ਦੇ ਬਾਕੀ ਲੋਕਾਂ ਦੇ ਪੀੜਾ ਦਿਖਾਈ ਦੇ ਰਿਹਾ ਜਿੱਥੇ ਕਾਝ ਲੋਕਾ ਇਕੱਠੇ ਦੋ ਨੋਏ ਬਾਨਾਂ ਦੇ ਕਟਮਾਰ ਕਰਦੇ ਨਜ਼ਰ ਆ ਰਹੇ ਨੇ ਤੇ ਵੀਡੀਓ ਦੇ ਪੂਰੀ ਕਹਾਣੀ ਇਹ ਆ ਕਿ ਅਫਰੀਕੀ ਦੇਸ਼ ਨਾਈਜੀਰੀਆ ਤੋਂ ਦੋ ਨੋਏ ਬਾਨ ਪੰਜਾਬ ਦੇ ਮਾਲੀ ਦੇ ਸਿਟੀ ਸੈਂਟਰਾਂ ਰੋਡ ਤੇ ਕਾਰ ਲੈ ਕੇ ਆ ਰਹੇ ਸਨ ਤੇ ਟਰੱਕ ਡਰਾਈਵਰ ਦੇ ਨਾਲ ਟਕਰਾ ਗਏ। ਇਸ ਤੋਂ ਬਾਅਦ ਇਹਨਾਂ ਨੋਏ ਬਾਨਾਂ ਨੇ ਟਰੱਕ ਡਰਾਈਵਰ ਤੇ ਹਮਲਾ ਕਰ ਦਿੱਤਾ ਫਿਰ ਭੀੜ ਇਕੱਠੀ ਹੋ ਗਈ ਤੇ ਅਫਰੀਕੀ ਮੂਲ ਦੇ ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਭੀੜ ਦੇ ਵਿੱਚ। ਕਿਸ ਨੇ ਅਸਾ ਸਾਰੀ ਘਟਨਾਵਾਂ ਦੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੇ ਇਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਆਪਨੇ ਪੰਚਾਇਤੀ ਅਤੇ ਮਿਊਨਿਸਪਲ ਚੋਣਾਂ ਦੀ ਤਿਆਰੀ ਵੱਡੀ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਪੰਚਾਇਤੀ ਮਿਊਨਿਸਪਲ ਅਤੇ ਖਾਲੀ ਹੋਏ ਵਿਧਾਨ ਸਭਾ ਹਲਕਿਆਂ ਵਿੱਚ ਜਿਮਣੀ ਚੋਣਾਂ ਕਰਵਾਉਂਦੇ ਤਿਆਰੀ ਵੱੱਡ ਲਈ ਗਿਆ ਜਿਸ ਦੇ ਚੱਲਦਿਆਂ ਪਾਰਟੀ ਦੇ ਸਾਰੇ ਵਿੰਗਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਅਗਤ ਜਾਣ ਕਰ ਦਿੰਦਾ ਪਾਰਟੀ ਦੇ ਜਨਰਲ ਸਕੱਤਰ ਜਗਰੂਪਾ ਸੰਘਾ ਸੇਖਮਾਨ ਕਾਲੇਥੇ ਸੈਕਟਰ 39 ਤਹਿਤ ਦਫ਼ਤਰ ਵਿੱਚ ਜਾਣਕਰ ਦਿੰਦਾ ਦੱਸਿਆ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਬਡਲਾੜਾ ਦੇ ਵਿਧਾਇਕ ਪ੍ਰਿੰਸੀਪਲ ਬਧਰਾਮ ਦੇ ਹੁਕਮਾਂ ਦੇ ਮੁਤਾਬਕ ਸਾਰੇ ਵਿੰਗਾਂ ਨੂੰ ਹੋਰ ਆਕਾਰਜਸ਼ੀਲ ਕੀਤਾ ਜਾਵੇਗਾ ਤੇ ਸਮੂਹ ਵਿੰਗਾਂ ਦੀ ਅਗਲੇ ਹਫ਼ਤੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਬੁਲਾਈ ਜਾ ਰਹੀਆਂ ਸਮੋਕੇ ਉਹਨਾਂ ਦੇ ਨਾਲ ਪਾਰਟੀ ਦੇ ਮੁਲਾਜ਼ਮ ਬੈਂਗ ਦੇ ਸੁਭਾ ਮੀਤ ਪ੍ਰਧਾਨ ਗੁਰਮੇਲ ਸੰਘਾ ਸਿੱਧੂ ਮੱਖਾ ਸਲਾਹਕਾਰ ਦਾਰਸ਼ਨ ਸੰਘਾ ਪਤਲੀਆ ਤੇ ਐਨ ਆਰ ਆਈ ਬੈਂਕ ਦੇ ਸੀਨੀਅਰ ਆਗੂ ਸਕੱਤਰ ਸੰਘਾ ਕਨੇਡਾ ਵੀ ਮੌਜੂਦ ਸਨ ਸ਼੍ਰੀ ਸੇਖਮਣ ਦਸਾਇਕੇ ਪਾਰਟ ਦੇ ਇਹਨਾਂ ਵੱਖ-ਵੱਖ ਸੰਗਠਨਾਂ ਦੇ ਰਾਇ ਮੱਖ ਮੰਤਰੀ ਪੰਜਾਬ ਭਗਵਾਨਤਮਨ ਦੇ ਅਗਵਾਈ ਦੇ ਵਿੱਚ ਪੰਜਾਬ ਦੀਆਂ ਪ੍ਰਾਪਤਿਆਂ ਨੂੰ ਘਰ-ਘਰ ਪੰਚਾਇਆ ਜਾਵੇਗਾ ਤੇ ਨਾਲੇ ਇਹਨਾਂ ਸੰਗਠਨਾਂ ਦੇ ਅਹੁਦੇਦਾਰਾਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਦੇ ਕੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਮਿਊਸਪਲ ਚੋਣਾਂ ਤੇ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਦੇ ਲਈ ਸਰਗਰਮ ਕੀਤਾ ਜਾਵੇਗਾ ਉਹਨਾਂ ਨੇ ਕਹਿ ਕੇ ਪਾਰਟਿਡ ਵਿਚ ਕੰਮ ਕਰਨ ਵਾਲਾ ਹਰੇਕ ਵਰਕਰ ਬਰਾਬਰ ਦੀ ਅਹਿਮੀਅਤ ਰੱਖਦਾ ਹੈ 올림픽 ਆ ਦੇਖਣ ਦੇ ਲਈ ਪੈਰਸ ਜਾਣਾ ਚਾਹੁੰਦੇ ਹਨ ਸਿਮਾ ਭਗਵਾਨਤਮਾਨ ਨਹੀਂ ਮਿਲ ਰਹੀ ਮਨਜ਼ੂਰੀ ਪੰਜਾਬ ਦੇ ਮੌਕਮੰਤਰੀ ਭਗਵਾਨਤਮਾਨ ਨੇ ਇੱਕ ਇੱਛਾ ਜ਼ਾਹਿਰ ਕਰਦਿਆ ਕਿ ਭਾਰਤੀ ਹਾਕੀ ਟੀਮ ਨੂੰ ਚੀਅਰ ਕਰਨ ਦੇ ਲਈ ਪੈਰਸ ਜਾਣਾ ਚਾਹੁੰਦੇ ਹਨ ਕਿਉਂਕਿ ਉੱਥੇ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਹਨ ਜੋ ਕਿ 4 ਅਗਸਤ ਨੂੰ 올림픽 ਦੇ ਵਿੱਚ ਆਪਣਾ ਪਹਿਲਾ ਕਵਾਟਰ ਆਫ ਫਾਈਨਲ ਮੈਚ ਆ ਖੇਡਣਗੇ ਦਰਸਲ ਮੱਖ ਮੰਤਰੀ ਹਜੇ ਵੀ ਦਿੱਲੀ ਦੇ ਵਿੱਚ ਵਿਦੇਸ਼ ਮੰਤਰਾਲੇ ਤੋਂ ਸਿਆਸੀ ਮਨਜ਼ੂਰੀ ਦੇ ਉਡੀਕ ਕਰਨ ਜੋ ਕਿ ਉੱਚ ਪਦਰੀ ਸਿਆਸੀ ਨੇਤਾਵਾਂ ਦੀ ਯਾਤਰਾ ਦੇ ਲਈ ਲਾਜ਼ਮੀ ਸ਼ਰਤ ਹੈ ਮਾਨਯਾ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਹਿ ਕੇ 3 ਅਗਸਤ ਦੀ ਰਾਤ ਨੂੰ ਪੈरिस ਜਾਣਾ ਚਾਹੁੰਦੇ ਹਨ ਤਾਂ ਜੋ ਉਹ ਅਗਲੇ ਦਿਨ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਦੇ ਲਈ ਸਮੇਂ ਸਿਰ ਪਹੁੰਚ ਸਕਣ ਤਨ ਦਾ ਦੇ ਕੇ 올림픽 ਦੇ ਵਿੱਚ ਆ ਕਾਲਾ 22 ਹਾਕੀ ਖਿਡਾਰੀ ਹਨ ਤੇ ਜਿਨ੍ਹਾਂ ਦੇ ਵਿੱਚ 19 ਪੰਜਾਬ ਦੇ ਤੇ ਮੌਕਮੰਤਰੀ ਦਾ ਕਹਿਣਾ ਕਿ ਮੇਰੇ ਕੋਲ ਲਾਲ ਰੰਗ ਦਾ ਡਿਪਲੋਮੈਟਿਕ ਪਾਸਪੋਰਟ ਹੈ ਜੋ ਕਿ ਸੀਨੀਅਰ ਸਿਆਸੀ ਨੇਤਾਵਾਂ ਦਲਿਆ ਜੋ ਕਿ ਉਹਨਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦਾ ਵੀਜ਼ਾ ਦੇਣ ਦੇ ਆਪਣੇ ਆਪ ਗਰੰਟੀ ਦਿੰਦਾ ਪਰ ਮੇਰੇ ਅਧਿਕਾਰੀ ਸਿਆਸੀ ਮਨਜ਼ੂਰੀ ਦੇ ਲਈ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਵਿੱਚ ਕਈ ਘੰਟਿਆਂ ਤੋਂ ਅੜੇਕ ਕਰਨ ਤੇ ਮੇਰੀ ਪਰ ਸਟਾਵਤਾ ਉਡਾਨ ਦੇਲੇ ਦੋ ਦਿਨ ਬਾਕੀਆਂ ਤੇ ਹਜੇ ਤੱਕ ਮਨਜ਼ੂਰੀ ਨਹੀਂ ਮਿਲਿਆ ਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਜਲਦ ਹੀ ਵੀਜ਼ਾ ਮਿਲਣ ਦੀ ਉਮੀਦ ਹੈ ਪੰਜਾਬ ਚ ਸਰਹੱਦ ਨੇੜੇ ਗੈਰ ਕਾਨੂੰਨੀ ਮਾਈਨਿੰਗ ਤੇ ਕੇਂਦਰ ਨੇ ਨਹੀਂ ਦਿੱਤਾ ਜਵਾਬ ਤਾਂ ਉਸ ਤੋਂ ਪੰਜਾਬ ਚ ਸਰਹੱਦ ਨੇੜੇ ਮਾਈਨਿੰਗ ਦਾ ਸਬੰਧੇ ਪਿਛਲੇ ਸਾਲ ਨਵੰਬਰ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ 9 ਮਹੀਨੇ ਬਾਅਦ ਵੀ ਕੇਂਦਰ ਨੇ ਇਸ ਮਾਮਲੇ ਦੇ ਵਿੱਚ ਜਵਾਬ ਧਾਇਰ ਨਹੀਂ ਕੀਤਾ ਹੈ ਦੀਪਾ ਜਾਟਾ ਸਾਹਿਬ ਸ਼ੀਲਨਾਗੋਤ ਤੇ ਜਾਟਾ ਸਾਹਿਬ ਅਨੈਲਾ ਖੇਤਰਪਾਲ ਦੇ ਬੇਚ ਨੇ ਕਹਿ ਕੇ ਮੰਨ ਭਾਗਿਆ ਕਿ ਕੇਂਦਰ ਸਰਕਾਰ ਨੇ ਪਿਛਲੇ 8-9 ਮਹੀਨਿਆਂ ਤੋਂ ਐਸਾ ਅਦਾਲਤ ਦੇ ਨਿਰਦੇਸ਼ਾਂ ਦਾ ਜਵਾਬ ਨਹੀਂ ਦਿੱਤਾ ਹਾਈ ਕੋਰਟਾ ਕੇਂਦਰ ਨੂੰ ਜਵਾਬ ਦੇਣ ਦੇ ਲਈ ਆਖਰੀ ਮੌਕਾ ਦੇ ਰਿਹਾ ਪਰ ਐਸਾ ਸ਼ਰਤਾ ਤੇ ਕਿ ਕੇਂਦਰ ਆ ਪੀਜੀਆਈ ਦੇ ਗਰੀਬਾ ਮਰੀਜ਼ਾ ਫੰਡ ਦੇ ਵਿੱਚ 20000 ਰੁਪਏ ਦਾ ਜੁਰਮਾਨਾ ਜਮ੍ਹਾਂ ਕਰੇ ਐਸ ਦਿਨ ਜਾਰੀ ਹੋਏ ਕਿ ਕਿਸਾਨ ਜੋ ਇਹਨਾਂ ਦੇ ਅਗਲੇ ਕੈਸਟ ਦਾ ਪਹਿਲਾਂ ਹੀ ਪੂਰੇ ਕਰ ਲਵੋ ਇਹ ਕੰਮ ਭਾਰਤ ਸਰਕਾਰ ਦੇ ਵੱਲ ਭਾਰਤੀ ਕਿਸਾਨਾਂ ਦੇ ਲਈ ਕਈ ਯੋਜਨਾਵਾਂ ਚਲਾਈਆਂ ਜਾਂਦਗਨ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਆਰਥਿਕ ਲਾਭ ਪਹੁੰਚਾਉਣ ਦੇ ਲਈ ਸਾਲ 2019 ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੇ ਯੋਜਨਾ ਸ਼ੁਰੂ ਕੀਤੇ ਗਏ ਇਸ ਐਸਐਸ ਸਕੀਮ ਦੇ ਤਹਿਤ ਲਾਭਪਾਤਰੀ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦਿੱਤੇ ਜਾਂਦੇ ਹਨ ਤੇ ਇਹ 6000 ਰੁਪਏ ਦੀ ਰਾਸ਼ੀ ਭਾਰਤ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ 2-2000 ਰੁਪਏ ਦੀਆਂ 3 ਕੈਸ਼ਟਾਂ ਦੇ ਰੂਪ ਵਿੱਚ ਦਿੱਤੇ ਜਾਂਦੇ ਹੁਣ ਤੱਕ ਦੇਖਦੇ 12 ਕਰੋੜਾ ਕਿਸਾਨ ਭਾਰਤ ਸਰਕਾਰ ਦੇ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ ਤੇ ਹੁਣ ਤੱਕ ਸਕੀਮ ਦੀਆਂ 17 ਕੈਸਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਤੇ ਹੁਣ ਕਿਸਾਨ 18ਵੀਂ ਕੈਸਟ ਦੇ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ ਤੁਹਾਨੂੰ ਦੱਸਦੇ ਕਿ ਕਿਸਾਨ ਜੋ ਇਹਨਾਂ ਦੇ ਅਗਲੇ ਕੈਸਟਾ ਕਦੋਂ ਜਾਰੀ ਹੋ ਸਕਦਾ ਹੈ ਤੇ ਇਸ ਤੋਂ ਪਹਿਲਾਂ ਕਿਸਾਨਾਂ ਦੇ ਲਈ ਇੱਕ ਕੰਮ ਜ਼ਰੂਰੀ ਹੈ ਅਗਲੀ ਕੈਸਟਾ ਅਕਤੂਬਰ ਦੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੇ ਯੋਜਨਾ ਤਹਿਤ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਹੁਣ ਤੱਕ 17 ਕੈਸਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਅਤੇ ਜਿਸ ਵਿੱਚ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ 18 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਰਾਂ ਨਸੀ ਬਿਚਾ ਕਿਸਾਨਾਂ ਲਈ 17ਵੀਂ ਕੈਸਟਾਂ ਜਾਰੀ ਕੀਤੀ 17ਵੀਂ ਕੈਸਟਾਂ ਜਾਰੀ ਹੋਏ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਦੇਸ਼ ਭਰ ਦੇ ਕਿਸਾਨ ਹੁਣ ਐਸਾ ਜੁਇਨਾ ਦੇ 18ਵੀਂ ਕੈਸਤਾ ਦੇ ਉਡੀਕ ਕਰਨ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿਸਾਨ ਜੁਇਨਾ ਦੇ 18ਵੀਂ ਕੈਸਤਾ ਅਕਤੂਬਰ ਆ ਮਹੀਨੇ ਦੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਕਿਸਾਨ ਨੂੰ 4 ਮਹੀਨੇ ਦੇ ਬਾਕਵੇ ਤੋਂ ਬਾਅਦ ਇਹ ਕੈਸਤਾਂ ਦਿੱਤੀਆਂ ਜਾਂਦੀਆਂ ਤੇ ਜੂਨ ਮਹੀਨੇ ਤੋਂ ਬਾਅਦ ਅਕਤੂਬਰ ਦੇ ਵਿੱਚ 4 ਮਹੀਨੇ ਹੋ ਜਾਣਗੇ ਇਸ ਲਈ ਕਿਹਾ ਜਾ ਸਕਦਾ ਹੈ ਕਿ ਕਿਸਾਨ ਜੁਇਨਾ ਦੇ ਇਹ ਅਗਲੀ ਕੈਸਤਾ ਅਕਤੂਬਰ ਮਹੀਨੇ ਦੇ ਵਿੱਚ ਜਾਰੀ ਹੋ ਸਕਦੀ ਹੈ ਹਰ ਐਤਵਾਰ ਬੰਦ ਰਿਹਾ ਕਰਨਗੇ ਪੈਟਰੋਲ ਪੰਪ ਯਾ ਦੋਸਤੋ 2017 ਤੋਂ ਪੈਟਰੋਲ ਪੰਪ ਡੀਲਰ ਮਾਰਜਨ ਦੇ ਵਿੱਚ ਵਾਧਾ ਨਾ ਕੀਤੇ ਜਾਣ ਦੇ ਵਿਰੁੱਧ ਵਿੱਚ ਹਰ ਐਤਵਾਰ ਨੂੰ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਆਉਣ ਵਾਲੇ ਦਿਨਾਂ ਵਿੱਚ ਪੂਰਾ ਦਿਨ ਬੰਦ ਰੱਖ ਕੇ ਜਾਣਗੇ ਮਤੀ ਦਾ ਐਲਾਨ ਜਲਦੀ ਕੀਤਾ ਜਾਵੇਗਾ ਇਹ ਫੈਸਲਾ ਪੈਟਰੋਲੀਅਮ ਡੀਲਰ ਜ ਐਸੋਸੀਏਸ਼ਨ ਲੁਧਿਆਣਾ ਦੀ ਇੱਕ ਵਿਸ਼ੇਸ਼ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਲਿਆ ਗਿਆ ਮੀਟਿੰਗ ਦਾ ਸਥਾਨਕਾਇਕਾ ਹੋਟਲ ਦੇ ਬਾਹਰ ਹੋਇਆ ਜਿਸ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਸੱਚਦੀਪਾ ਪ੍ਰਧਾਨ ਰਣਜੀਤ ਸਿੰਘਾ ਗਾਂਧੀ ਸੀਨੀਅਰ ਕਾਰਜਕਾਰਨੀ ਮੈਂਬਰ ਡਾਕਟਰ ਮਨਜੀਤ ਸਿੰਘਾ ਜਨਰਲ ਸਕੱਤਰ ਆਸ਼ੀਸ਼ ਗਾਰਗ ਕਮਲ ਸ਼ਰਮਾ ਰਾਜ ਕੁਮਾਰ ਸ਼ਰਮਾ ਬਨੋਧੇ ਸ਼ਰਮਾ ਸੁਭਾਸ਼ ਜੰਦਲ ਰਮਾਣਾ ਬਾਲਾ ਸੁਭਰਾਮਨ ਮੀਆਮਾ ਪਾਲ ਸਿੰਘਾ ਗਰੇਵਾਲ ਆਦਤ ਵੱਡੀ ਗਿਣਤੀ ਦੇ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਅਧਿਕਾਰਗਣ ਸਪਸ਼ਟ ਕੀਤਾ ਕਿ ਪੈਟਰੋਲ ਪੰਪਾਂ ਬੰਦ ਕਰਵਾ ਕੇ ਕੇਂਦਰ ਸਰਕਾਰ ਦੇ ਅੱਗੇ ਆਪਣਾ ਰੋਸ ਪ੍ਰਗਟ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਦਾ ਕਹਿਣਾ ਕਿ ਕੇਂਦਰੀ ਮੰਤਰੀ ਸਮੇਤ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਬਾਵਜੂਦ ਡੀਲਰ ਮਾਰਜਨ ਦੇ ਵਿੱਚ ਕੋਈ ਵਾਅਦਾ ਨਹੀਂ ਹੋਇਆ ਹੈ। ਐਸੋਸੀਏਸ਼ਨ ਦੇ ਅਧਿਕਾਰੀਆਂ ਕਹਿ ਕੇ ਡੀਲਰਾਂ ਅਤੇ ਤੇਲ ਕੰਪਨੀਆਂ ਦੇ ਰਵੱਈਏ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਨੇੜੇ ਭਵਿੱਖ ਦੇ ਵਿੱਚ ਡੀਲਰ ਮਾਰਜਨ ਦੇ ਵਿੱਚ ਸੋਧ ਦੀ ਉਮੀਦ ਨਹੀਂ ਹੈ ਜਦੋਂ ਕਿ ਖਰਚੇ ਕਈ ਗੁਣਾ ਤੱਕ ਵਧ ਜਾਂਦੇ ਕਾਰਨ ਪੈਟਰੋਲ ਪੰਪ ਡੀਲਰਾਂ ਨੂੰ ਮਾਰਜਿਨ ਦੇ ਵਿੱਚ ਵਾਧਾ ਨਾ ਹੋਣ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਇਪਾ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਔਰਤਾਂ ਦੇ ਲਈ ਮਾਫਤਾਂ ਬਾਸਸ ਸੇਵਾ ਵਾਪਸ ਲੈਣ ਦੇ ਫੈਸਲੇ ਦਾ ਕੀਤਾ ਵਿਰੋਧ। ਤਾਂ ਦੋਸਤੋ ਪਾਇਪਾ ਪੰਜਾਬ ਮਹਿਲਾ ਮੋਰਚਾ ਦੇ ਪ੍ਰਧਾਨ ਜੈ ਇੰਦਰ ਕੌਰ ਦੇ ਅਗਵਾਈ ਦੇ ਹੇਠਾਂ ਕੱਲ ਆਪ ਸਰਕਾਰ ਦੇ ਕੋਲ ਪੰਜਾਬ ਦੇ ਵਿੱਚ ਔਰਤਾਂ ਦੇ ਲਈ ਮੁਫਤਾਂ ਬਾਸਾ ਸੇਵਾ ਬੰਦ ਕਰਨ ਦੇ ਫੈਸਲੇ ਦੀ ਸਖਤ ਨਖੇਦੀ ਕਰਦਿਆਂ ਐਸਾ ਕਦਮ ਨੂੰ ਐਸਾ ਸਕੀਮ ਦਾ ਲਾਭ ਲੈ ਰੀਆਂ ਔਰਤਾਂ ਦੇ ਪਰੋਸਤ ਦੇ ਨਾਲ ਧੋਖਾ ਕਰਾਰ ਦਿੰਦਾ ਹੈ ਪਾਇਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕਹਿ ਕੇ ਮੁਫਤਾਂ ਬਾਸਾ ਸੇਵਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਇੱਕ ਪ੍ਰਮੁੱਖ ਯੋਜਨਾ ਸੀ ਜਿਹਦਾ ਪੰਜਾਬ ਦੀਆਂ ਔਰਤਾਂ ਨੂੰ ਬਹੁਤ ਲਾਭ ਹੋਇਆ ਤੇ ਇਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਨੂੰ ਸਵੈ ਸਮਰੱਥਾ ਬਣਾਉਣ ਦੇ ਲਈ ਇੱਕ ਕ੍ਰਾਂਤੀਕਾਰੀ ਕਦਮ ਸੀ ਐਸ ਐਸ ਸ਼ਿਵਾ ਨੂੰ ਵਾਪਸ ਲੈ ਕੇ ਆਪ ਸਰਕਾਰ ਔਰਤਾਂ ਨੂੰ ਹਨੇਰੇ ਜਗਰ ਵਿੱਚ ਆ ਧੱਕ ਰਹੀ ਹੈ ਆਪ ਸਰਕਾਰ ਦਾ ਵਿੱਤੀ ਤੰਗੇ ਦਾ ਬਹਾਨਾ ਆ ਸਭ ਕਾਰਨਯੋਗ ਹੈ ਝੂਠੇ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਤੇ ਹਰ ਸਾਲ 700 ਕਰੋੜ ਰੁਪਏ ਬਰਬਾਦ ਕਰਨ ਦੇ ਬਜਾਏ ਮੋੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਹ ਫੰਡ ਔਰਤਾ ਅਤੇ ਲੋੜਵੰਦਾ ਦੇ ਭਲਾਈ ਦੇ ਲਈ ਅਲਾਰਟ ਕਰਨ ਚਾਹੀਦੇ ਹਨ ਤੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਆਪਣੇ ਫੈਸਲੇ ਤੇ ਮੜ ਵਿਚਾਰ ਕਰੇ ਤੇ ਔਰਤਾਂ ਦੇ ਲਈ ਮੁਆਫਤਾ ਬੱਸ ਸੇਵਾ ਜਾਰੀ ਰੱਖੋ ਉਹਨਾਂ ਨੇ ਅੱਗੇ ਕਿਹਾ ਇਸ ਸਕੀਮਾ ਉਹਨਾਂ ਹਜ਼ਾਰਾਂ ਔਰਤਾਂ ਦਲੇ ਜੀਵਨ ਰੇਖਾ ਰਹੀ ਹੈ ਜੋ ਕਿ ਆਪਣੀਆਂ ਰੋਜ਼ਾਨਾ ਲੋੜਾਂ ਦੇ ਲਈ ਜਨਤਕ ਟ੍ਰਾਂਸਪੋਰਟ ਤੇ ਨਿਰਭਰ ਕਰਦੀਆਂ ਹਨ ਇਸ ਨੂੰ ਵਾਪਸ ਲੈਣ ਦੇ ਨਾਲ ਪਿੰਡੂ ਖੇਤਰਾਂ ਵਿਦਿਆਰਤਾਂ ਤੇ ਕੰਮਕਾਜੀ ਵਰਗ ਦੀਆਂ ਔਰਤਾਂ ਜੋ ਕਿ ਨਿੱਜੀ ਆਵਾਜਾਈ ਤੇ ਖਰਚ ਨਹੀਂ ਕਰ ਸਕਦੀਆਂ ਨੂੰ ਸਪਸ਼ਟ ਤੌਰ ਤੇ ਪ੍ਰਭਾਵਿਤ ਕਰੇਗੀ